ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਅਸੀਂ ਨਵਾਂ ਸ਼ੋਅ ਲੈ ਕੇ ਹਾਜ਼ਰ ਹਾਂ ਜੀ ਅਤੇ ਹਰ ਰੋਜ਼ ਦੀ ਤਰ੍ਹਾਂ ਪੰਨੂ ਸਾਹਿਬ ਵੀ ਆਪਣੇ ਨਾਲ ਨੇ ਆਪਾਂ ਪੰਨੂ ਸਾਹਿਬ ਦਾ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜੀ ਪੰਨੂ ਸਾਹਿਬ ਅੱਜ ਦਾ ਪਹਿਲਾ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਪ੍ਰਧਾਨ ਮੰਤਰੀ ਸਾਹਿਬ ਦੀ ਚੀਨ ਦੀ ਯਾਤਰਾ ਬਾਰੇ ਇਹ ਵੈਸੇ ਕਾਫੀ ਦੇਰ ਤੋਂ ਇੱਦਾਂ ਲੱਗ ਰਿਹਾ ਸੀ ਕਿ ਜਿਵੇਂ ਭਾਰਤ ਅਤੇ ਚੀਨ ਦੇ ਸੰਬੰਧ ਬਹੁਤੇ ਸੁਖਾਵੇਂ ਨਹੀਂ ਹੈ ਪਰ ਅਚਾਨਕ ਤੋਂ ਪ੍ਰਧਾਨ ਮੰਤਰੀ ਸਾਹਿਬ ਦੀ ਉੱਧਰ ਦੀ ਯਾਤਰਾ ਦਾ ਹੋਣਾ ਅਤੇ ਫਿਰ ਉੱਥੇ ਜਾ ਕੇ ਕਿਹੋ ਜਿਹੇ ਸੰਬੰਧ ਤੁਸੀਂ ਆਸ ਕਰਦੇ ਹੋ ਕਿ ਹੁਣ ਭਾਰਤ ਚੀਨ ਦੇ ਆਉਣ ਵਾਲੇ ਦਿਨਾਂ 'ਚ ਹੋਣਗੇ ਮੈਂ ਹੋਰ ਸਮਝਿਆ ਬਹਿਸ ਮੇਰਾ ਖਿਆਲ ਇਹ ਸੀ ਕਿ ਸ਼ਾਇਦ ਤੁਸੀਂ ਪਹਿਲਾਂ ਪੁੱਛਣ ਲੱਗੇ ਵੀ ਪ੍ਰਧਾਨ ਮੰਤਰੀ ਸਾਹਿਬ ਫਿਰ ਵਿਦੇਸ਼ ਦੌਰੇ ਚਲੇ ਗਏ ਨਹੀਂ ਉਹ ਤਾਂ ਹੁਣ ਗੱਲ ਆਪਾਂ ਇੰਨੀ ਕੁ ਵਾਰ ਕਰ ਚੁੱਕੇ ਹਾਂ ਵੀ ਉਹ ਤਾਂ ਪਤਾ ਹੀ ਹੈ ਅੱਛਾ ਇਸ ਵਾਰੀ ਇਹ ਹੈ ਜੀ ਕਿ ਇੱਕ ਮੀਟਿੰਗ ਇਸ ਤਰ੍ਹਾਂ ਦੀ ਹੈ ਜਿਹ 'ਚ ਕਈ ਲੋਕਾਂ ਨੇ ਸ਼ਾਮਿਲ ਹੋਣਾ ਸਾਡੇ ਪ੍ਰਧਾਨ ਮੰਤਰੀ ਦਾ ਜਾਣਾ ਵੀ ਜ਼ਰੂਰੀ ਸੀ ਜੀ ਇਹ ਵਿਦੇਸ਼ ਦੌਰਾ ਬਾਕੀ ਦੌਰਿਆਂ ਵਰਗਾ ਨਹੀਂ ਇਹਦੇ ਵਿੱਚ ਕੁਝ ਫਰਕ ਇਸ ਦੌਰੇ 'ਚੋਂ ਨਿਕਲਦਾ ਕੀ ਹੈ ਇਹਦੀ ਚਰਚਾ ਤਾਂ ਅਸੀਂ ਜਦੋਂ ਦੌਰਾ ਮੁਕੰਮਲ ਹੋ ਜਾਏਗਾ ਉਦੋਂ ਕਰਾਂਗੇ ਜੀ ਮੁੱਢਲੇ ਤੌਰ 'ਤੇ ਇਹ ਹੈ ਕਿ ਕੁਛ ਗੱਲਾਂ ਅਸੀਂ ਜ਼ਰੂਰਤ ਤੋਂ ਜ਼ਿਆਦੀਆਂ ਆਸਾਂ ਨਾਲ ਬੰਦ ਨੇ ਸਾਡਾ ਪ੍ਰਧਾਨ ਮੰਤਰੀ ਗਿਆ ਵੀ 12 ਬਰਸੀ ਖੱਟਣੇ ਨੂੰ ਘੱਲਿਆ ਪਤਾ ਨਹੀਂ ਕੀ ਖੱਟ ਕੇ ਲਿਆਵੇਗਾ ਜਦੋਂ ਆਉਂਦਾ ਫਿਰ ਅਸੀਂ ਸੋਚਦੇ ਹਾਂ ਗੱਡੀ ਖਾਲੀ ਹੈ ਪੱਲੇ ਕੱਖ ਨਹੀਂ ਪਿਆ ਇਹ ਕਿਉਂ ਹੁੰਦਾ ਅਸੀਂ ਬਹੁਤੀਆਂ ਆਸਾਂ ਕਿਉਂ ਰੱਖਦੇ ਹਾਂ ਜੀ ਜੇ ਸਾਡਾ ਪ੍ਰਧਾਨ ਮੰਤਰੀ ਪਾਕਿਸਤਾਨ ਜਾਵੇ ਜਾਂ ਪਾਕਿਸਤਾਨ ਦਾ ਇੱਥੇ ਆਵੇ ਇਹ ਪਤਾ ਸਾਰੇ ਮਾਮਲੇ ਨਜਿੱਠੇ ਵੀ ਜਾਣ ਅਤੇ ਜੰਮੂ ਕਸ਼ਮੀਰ ਦਾ ਨਜਿੱਠਿਆ ਹੀ ਨਹੀਂ ਜਾ ਸਕਦਾ ਜੀ ਜਿਹੜਾ ਉਹਨਾਂ ਨੇ ਨਜਾਇਜ਼ ਕਬਜ਼ਾ ਕਰ ਲਿਆ ਸੀ ਅੰਗਰੇਜ਼ਾਂ ਦੀ ਮਦਦ ਨਾਲ 1947-48 'ਚ ਉਹ ਅਸੀਂ ਛਡਾ ਨਹੀਂ ਸਕਦੇ ਜਿਹੜਾ ਸਾਡੇ ਕੋਲ ਹੈ ਔਰ ਸਾਡਾ ਹੱਕ ਬਣਦਾ ਉਹ ਪਾਕਿਸਤਾਨ ਖੋਣਾ ਚਾਹੁੰਦਾ ਉਹ 1000 ਸਾਲ ਲੱਗਾ ਰਹੇ ਸਾਡੇ ਤੋਂ ਖੋ ਨਹੀਂ ਸਕਦਾ ਅਤੇ ਫਿਰ ਉਹਨਾਂ ਦੋਵਾਂ ਦੀ ਗੱਲਬਾਤ 'ਚੋਂ ਅਸੀਂ ਇਹੋ ਜਿਹੀ ਆਸ ਕਿਉਂ ਰੱਖੀਏ ਕਿ ਸਭ ਮੁੱਦੇ ਹੱਲ ਹੋ ਗਏ ਸਭ ਤਾਂ ਹੋਣੇ ਹੀ ਨਹੀਂ ਕਦੇ ਕਦੇ ਕੁਝ ਮੁੱਦੇ ਅਟਕੇ ਰਹਿਣੇ ਜੀ ਸਾਡਾ ਪ੍ਰਧਾਨ ਮੰਤਰੀ ਅਮਰੀਕਾ ਜਾਵੇ ਤਾਂ ਉੱਥੇ ਸਭ ਮੁੱਦੇ ਹੱਲ ਹੋ ਸਕਦੇ ਆ ਇੰਗਲੈਂਡ ਜਾਵੇ ਤਾਂ ਹੱਲ ਹੋ ਸਕਦੇ ਗੁਆਂਢੀ ਦੇਸ਼ਾਂ ਨਾਲ ਕੁਝ ਕੜਤਨਾ ਰਹਿਣੀਆਂ ਅਸੀਂ ਖਾਸ ਤੌਰ 'ਤੇ ਜਦੋਂ ਚੀਨ ਨਾਲ ਮਿਲਦੇ ਹਾਂ ਚੀਨ ਵਾਲੇ ਗਿਣਤੀਆਂ ਮਿਣਤੀਆਂ ਕਰ ਲੈ ਪੈਂਦੇ ਆ ਕਿ ਤਿੱਬਤ ਸਾਡੇ ਕੋਲ ਹੈ ਤਿੱਬਤ ਦੇ ਵਿੱਚ ਕਿਸੇ ਵਕਤ ਅਰੁਣਾਚਲ ਪ੍ਰਦੇਸ਼ ਹੁੰਦਾ ਸੀ ਫਲਾਨਾ ਹੁੰਦਾ ਸੀ ਜੀ ਸਾਡੀ ਫੌਜ ਇੱਕ ਵਾਰੀ ਫਲਾਣੇ ਥਾਂ ਤੱਕ ਗਈ ਸੀ ਉਹ ਸਾਨੂੰ ਦੇ ਦਿਓ ਅਸੀਂ ਕਹਿੰਦੇ ਹਾਂ ਜੀ ਸਾਡਾ ਵੀ ਇੱਕ ਜਰਨੈਲ ਹੈਗਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਸੀ ਉਹ ਲੇਹ ਲਦਾਖ ਤੋਂ ਚੱਲਦਾ ਚੱਲਦਾ ਬੜੀ ਦੂਰ ਤੱਕ ਚਲਾ ਗਿਆ ਉਹਦੇ ਨਾਂ 'ਤੇ ਇੱਕ ਕਿਲ੍ਹਾ ਤੁਹਾਡੇ ਉੱਥੇ ਅਜੇ ਵੀ ਚੱਲਦਾ ਤੁਸੀਂ ਬਾਅਦ 'ਚ ਉਹਦਾ ਨਾਂ ਬਦਲ ਲਿਆ ਜੀ ਪਰ ਕਿਲ੍ਹਾ ਤਾਂ ਸਾਡੇ ਸਿੱਖ ਜਰਨੈਲ ਦਾ ਸੀ ਉਹ ਕਹਿੰਦੇ 3 ਦਿਨ ਰਿਹਾ ਸੀ ਅਸੀਂ ਕਹਿੰਦੇ ਤੁਹਾਡੀ ਫੌਜ ਵੀ 3 ਦਿਨ ਰਹੀ ਸੀ ਪਾਕਿਸਤਾਨ ਵੇਲੇ ਇਸ ਵੇਲੇ ਅਫਗਾਨਿਸਤਾਨ ਨਾਲ ਰੇੜਕਾ ਪਾਈ ਬੈਠੇ ਆ ਕਿ ਅਫਗਾਨਿਸਤਾਨ ਕਿਸੇ ਵਕਤ ਪਾਕਿਸਤਾਨ ਦਾ ਹਿੱਸਾ ਸੀ ਅਤੇ ਕਹਿੰਦੇ ਕੀ ਆ ਕਹਿੰਦੇ ਜੀ ਅੰਗਰੇਜ਼ਾਂ ਨੇ ਵੀ ਇੱਕ ਵਾਰੀ ਜਾ ਕੇ ਕਬਜ਼ਾ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੀਤਾ ਸੀ ਹੁਣ ਅੰਗਰੇਜ਼ਾਂ ਕੀਤਾ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਕੀਤਾ ਉਹਦਾ ਤੁਹਾਡੇ ਪਾਕਿਸਤਾਨ ਨਾਲ ਕੀ ਵਾਸਤਾ ਤੁਸੀਂ ਤਾਂ ਪਾਕਿਸਤਾਨ ਦੀ ਹਿਸਟਰੀ ਬਣਦੇ 1947 ਤੋਂ ਜੇ ਪਹਿਲੇ ਕਬਜ਼ਿਆਂ ਨਾਲ ਤੁਹਾਡਾ ਤਾਂ ਕੋਈ ਵਾਸਤਾ ਹੀ ਨਹੀਂ ਜੀ ਇੱਦਾਂ ਹੀ ਇਹ ਕੁਝ ਗੱਲਾਂ ਛੱਡਣੀਆਂ ਚਾਹੀਦੀਆਂ ਹੁਣ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਜਾਣਾ ਸੀ ਜਾਣ ਤੋਂ ਪਹਿਲਾਂ ਸਾਡਾ ਮੀਡੀਆ ਦੋ ਹਿੱਸਿਆਂ 'ਚ ਵੰਡਿਆ ਗਿਆ ਇੱਕ ਹਿੱਸਾ ਉਹ ਸੀ ਜਿਹੜਾ ਇਹੋ ਹੀ ਦੱਸਣ ਲੱਗਾ ਰਿਹਾ ਕਿ ਚੀਨ ਦਾ ਰਾਸ਼ਟਰਪਤੀ ਸਾਡੇ ਪ੍ਰਧਾਨ ਮੰਤਰੀ ਨੂੰ ਮਿਲਣ ਵਾਸਤੇ ਬੜੀ ਤਾਂਘ ਨਾਲ ਉਡੀਕਦਾ ਪਿਆ ਰੈੱਡ ਕਾਰਪੈਟ ਜਿਹੜੇ ਵਿਛਾਉਣੇ ਆ ਉਹ ਡਰਾਈ ਕਲੀਨ ਕਰਾ ਲਏ ਆ ਉਹਨਾਂ ਵਾਸਤੇ ਬੰਦਿਆਂ ਦੀਆਂ ਡਿਊਟੀਆਂ ਲਾਤੀਆਂ ਪ੍ਰੋਟੋਕੋਲ ਤੋੜਨ ਦਾ ਫੈਸਲਾ ਕਰ ਲਿਆ ਇੰਨੀ ਕਿਸਮ ਦੇ ਸ਼ੈੱਫ ਸੱਦ ਲਏ ਆ ਜਿਹੜੇ ਇਹਨੂੰ ਖਾਣਾ ਬਣਾ ਕੇ ਦੇਣਗੇ ਅੱਗੇ ਮੋਦੀ ਸਾਹਿਬ ਜਾਂਦੇ ਆ ਅਤੇ ਉੱਥੇ ਕਦੇ ਜਾ ਕੇ ਵਰਤਾਂ ਨਹੀਂ ਰੱਖਦੇ ਅੱਗੇ ਵੀ ਇਹਨਾਂ ਨੂੰ ਖਾਣਾ ਖਵਾਇਆ ਜਾਂਦਾ ਜੀ ਇੱਕ ਮੀਡੀਆ ਦਾ ਹਿੱਸਾ ਤਾਂ ਉਹ ਆ ਜਿਹੜਾ ਇੰਨਾ ਉਲਾਰ ਮੀਡੀਆ ਦਾ ਦੂਸਰਾ ਹਿੱਸਾ ਚੀਨ ਦੇ ਅੰਦਰ ਤਾਂ ਦੁਸ਼ਮਣੀ ਕੁੱਟ ਕੁੱਟ ਕੇ ਭਰੀ ਆ ਚੀਨ ਨੇ ਅੱਗੇ ਸਾਡੇ ਨਾਲ ਕੀ ਕੀਤਾ ਪਿਛਲੇ ਸਾਲ ਸਾਡੇ ਡੋਕਲਮ ਦੇ ਵਿੱਚ ਕਬਜ਼ਾ ਕਰਨ ਆਇਆ ਸੀ ਅਤੇ ਮੁੜ ਕੇ ਇੱਕ ਫਿਲਮ ਵਿਖਾਉਣੀ ਸ਼ੁਰੂ ਕਰ ਦਿੰਦੇ ਆ ਜਿਹਦੇ ਵਿੱਚ ਚੀਨੀ ਫੌਜੀ ਅਤੇ ਭਾਰਤੀ ਫੌਜੀ ਹੱਥੋਂ ਪਾਈ ਹੁੰਦੇ ਆ ਜੀ ਬੰਦੂਕਾਂ ਹੱਥਾਂ 'ਚ ਆ ਪਰ ਹੱਥੋਂ ਪਾਈ ਹੁੰਦੇ ਆ ਉਹਨਾਂ ਵਿੱਚ ਇੱਕ ਸਿੱਖ ਫੌਜੀ ਵੀ ਹੈ ਸਿਰ 'ਤੇ ਪਟਕਾ ਬੰਨਿਆ ਸਾਰਾ ਹੀ ਝੂਠ ਹੈ ਉਹ ਫਿਲਮ ਦਾ ਡੋਕਲਮ ਨਾਲ ਸੰਬੰਧ ਹੀ ਕੋਈ ਨਹੀਂ ਡੋਕਲਮ ਦੇ ਵਿੱਚ ਮਾੜਾ ਮੋਟਾ ਜਿਹੜਾ ਤਣਾਅ ਸੀ ਉਹ ਪਿਛਲੇ ਸਾਲ ਦਾ ਸੀ ਜੀ ਜਿਹੜੀ ਉਹ ਫਿਲਮ ਹੈ ਨਾ ਉਹ ਡੋਕਲਮ ਦੀ ਆ
ना पिछले साल की है। वो फिल्म लेह लद्दाख की है, डोकलम तो 2-3 हज़ार किलोमीटर दूर दी, ते 5 साल पुरानी है। उन्हों चुक के हुण विखाई जाते हैं जिवें लड़ पैन लगे। ये तो इदा लगता जिवें रोज़ सवेरे ये उठ के तो सुकना सुकते हैं, कि लड़ाई जी हो ही जाए, कोई 4 खबर सानू मिल ही जाण जी, खबरों की खातर बंदे बना सुक लिया। एटमी ताकत, असी भी एटमी ताकत हैं, और पाकिस्तान वर्गी मंगवी तो चोरी की एटम बंबा वर्गी एटमी ताकत नहीं, सची मुझी की एटमी ताकत है जी। तो चीन भी एटमी ताकत है। दुनिया के आबादी पक्षों सब तो वड्डे देश असी हाँ, सब तो वध आबादी 150 करोड़ के करीब उन्हां दी है जी, 135 करोड़ साडी है। इन्नी आबादी वाले दो देश जदों आपो च बैठते हैं तो इन्हां दोवां दी आबादी ला लो ये 125 करोड़ हो जाती है, तो सारी दुनिया की आबादी हैगी 720 करोड़। 40% तो अं कल्ले बनते हैं जी। उस 40% की किस्मत का फैसला करने वास्ते दो लीडर ने बैठना, तो उत्थे फैसला करन लग्या पहले साडा टीवी वेख के फैसला करनगे भी आह की आख्या इन्हां ने। वो इस गल नूं सुणगे कि साडा कोई मुंडा जां साडा कोई कुड़ी जिहड़ी है साडी, वो टीवी ते कहिंदी है भारत वालो चीन हमें खा जाएगा, जां चीन वालों नूं चीन वालो हमने मिजाइल बना ली तुम्हारा बीजिंग नहीं बचेगा। आ जिद्दां दीआं बेवकूफां वालीआं गल्लां हवा च तलवारां घुमाउंदे आ साडे मीडिया वाले घुमाउंदे आ जी, इहदे तों कदे ना कदे कुछ ना कुछ गुरेज करना चाहीदा। कुछ ताकत इतने भारत में यहो जी ने जिड़िया दोवां देशों के संबंध सुखावे नहीं होने देंगे। मैनू ये याद है कि 15 साल पहला या 18 साल पहला कह लो साढ़े प्रधानमंत्री अटल बिहारी वाजपेयी ने चीन जाना सी। जिस दिन उन्हें चीन नू जाना सी उन्हें दुपहरों बाद जाना सी, उहदे जाण तो पहला सवेरे एक सैमीनार हो गया, तो उस सैमीनार दे विच साडे देश का रक्षा मंत्री जॉर्ज फर्नांडिस उन्हें यह गल कहती कि चीन साडा पोटेंशियल एनिमी है, वो एनिमी है जी तो सानू खतरा इहोजा दुश्मन। जदों साडा प्रधानमंत्री उधर तुरै जांदा उदो को सुख भी मंगनी चाहिए कि दसना चाहिए जानते हैं तुहानू वड्डिआं नू तुहाडे नाल साडी पुरानी दुश्मनी है की दुश्मनी पुरानी, तो यह गल दसण दी लोड़ सी। और जॉर्ज फर्नांडिस तो बाद जदों वाजपेयी उत्थों हो के आया तो इस गल की चर्चा चली सी कि फर्नांडिस नहीं बोलिया, फर्नांडिस के पिछे एक लॉबी है जिहड़ी हिंदुस्तान ते चीन का टकराव करवाना चाहती है, उस लॉबी ने फर्नांडिस नूं चाबी लाई सी कि तू बोल पा। हुण भी एक लॉबी है जिहड़ी चीन का ते भारत का टकराव करवाना चाहती है, वह मुड़ मुड़ इदां दीआं गल्लां करदी है। असीं सुख मंगीए कि दोवां देशां दे मुखी जदों बैठणगे उह चों कुछ भला निकलेगा, कुछ दवलियां साझ दीआं गल्लां चलणगीआं, और उन्हां साझ दीआं गल्लां तों चलदिआं चलदिआं आ जिहड़े बार्डर दे मुद्दे आ इह कदे सानूं बहुत वड्डे जापदे आ, पर कदे साझ पै जावे तो उह कंट्रोल रेखा हैगी आ बार्डर ना सी, कंट्रोल रेखा का परला पासा वह कंट्रोल करी जाणा, उरला पासा असीं करी चलीए, तुसीं अपने घर राजी असीं अपने घर राजी, यह भी तो एक तरीका हो सकता। एक लफ्ज हो गया वह पीसफुल को एग्जिस्टेंस कि पुरअमन तरीके साडी होंद नूं बर्दाश्त करो भी असीं भी हैगे आ ते तुहाडी होंद नूं असीं बर्दाश्त करिए। जी असीं यह चाहुंदे आ कि तुसीं सानूं बर्दाश्त करो तो पहलां असीं तुहानूं बर्दाश्त करिए, तो इस तरह तुसीं जे चाहुंदे आ कि असीं तुहानूं बर्दाश्त करिए तुसीं सानूं बर्दाश्त करो। सो इस मीटिंग चों आसां वध रखणियां चाहीदियां कि कोई राह हो गया, तो यह भी आस नहीं रखनी चाहिए कि सारा कुछ ठीक हो जाएगा, सारा कुछ तो हो नहीं सकना, जो कुछ ना कुछ की आस है वो वास्ते साडा प्रधानमंत्री उत्थे गया। मतलब आप ये आस कर सकते हैं चलो गलबात का रस्ता जरूर खुला है, कुछ मतलब अखा कैरियां ही नहीं करते एक दूजे को। वेला फिलहाल ब्रेक का जी, ब्रेक तो बाद आप फिर मिलते हैं, बने रहना साडे नाल। ब्रेक तो बाद एक बार फिर तुहाडा सारिआं दा स्वागत है जी प्रोग्राम प्राइम डिस्कशन दे विच। पन्नू साहब अगली गल जिहड़ी हुण करनी चाहुंदा मैं, उह करनी चाहुंदा पाकिस्तान दी। हुण आपां पिछले दिन ही देखिआ जत्था इक जिहड़ा गिआ सीगा साखी दे नेड़े, दो मामले इहो जिहे हो गए जिहदे नाल काफ़ी तणातणी भी होई एंड बहुत सारे लोगों को वो चीज़ पसंद भी नहीं आई। तो हुण कहिंदे कि पाकिस्तान दा जिहड़ा औकाफ बोर्ड है उहने इह गल कही है कि वी जिहड़े गैर सिख ने उहनां नूं असीं धार्मिक यात्रा दे विच पाकिस्तान नहीं आउण देवांगे, इस तरह की रोक की गल चली है जी, ये की फैसला हो सकदा? गुरप्रीत जी गल ये है कि पाकिस्तान के गुरद्वारों का प्रबंध ज़रा तौर पर संभाल दी है पाकिस्तान सिख गुरद्वारा प्रबंधक कमेटी जी जनरल मुशरफ के वेले बनाई गई जी।
ਪਰ ਅਸਲ ਵਿੱਚ ਉਹ ਸਾਹਮਣੇ ਇੱਕ ਕਮੇਟੀ ਆ ਵਿਖਾਵੇ ਦੀ, ਉਹਦੇ ਉੱਤੇ ਕੰਟਰੋਲ ਕਰਦਾ ਉੱਥੋਂ ਦਾ ਔਕਾਫ ਬੋਰਡ, ਜਿੱਦਾਂ ਸਾਡੇ ਇੱਥੇ ਵਕਫ ਬੋਰਡ ਹੈ ਜੀ, ਉਹਨਾਂ ਦਾ ਔਕਾਫ ਬੋਰਡ ਹੈ, ਮਤਲਬ ਦੋਵਾਂ ਦਾ ਇੱਕੋ ਹੀ। ਸਾਡਾ ਵਕਫ ਬੋਰਡ ਸਿਰਫ ਵਕਫ ਦੀਆਂ ਪ੍ਰਾਪਰਟੀ ਜਿਹੜੀਆਂ ਜਾਇਦਾਦਾਂ ਮੁਸਲਮਾਨ ਇੱਥੇ ਛੱਡ ਗਏ ਸਨ ਪਾਕਿਸਤਾਨ ਜਾਣ ਵੇਲੇ, ਉਹ ਤਾਂ ਸਾਡੇ ਕੋਲ ਮੁਸਲਮਾਨ ਅਜੇ ਵੀ ਬਹੁਤ ਨੇ ਜੀ, ਪਰ ਜਿਹੜੇ ਪਾਕਿਸਤਾਨ ਵੱਲ ਜਾਣ ਵਾਲੇ ਸੀ ਜਿਹੜੇ ਉਹ ਛੱਡ ਗਏ ਸੀ ਜਾਇਦਾਦਾਂ, ਉਹਨਾਂ ਦੀਆਂ ਧਾਰਮਿਕ ਜਾਇਦਾਦਾਂ ਵੀ ਸੀ, ਉਹਨਾਂ ਸਾਰੀਆਂ ਨੂੰ ਸਾਡਾ ਵਕਫ ਬੋਰਡ ਸੰਭਾਲਦਾ। ਉੱਥੇ ਔਕਾਫ ਬੋਰਡ ਬਣਾਇਆ ਸੀ ਇਹਨਾਂ ਕੰਮਾਂ ਲਈ, ਪਰ ਹੁਣ ਉਹ ਧਾਰਮਿਕ ਕਾਰੋਬਾਰ ਵੀ ਉਹੋ ਹੀ ਸੰਭਾਲਦਾ ਪਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਤੀ, ਜੇ ਸਰਕਾਰ ਆਸਫ ਅਲੀ ਜ਼ਰਦਾਰੀ ਦੀ ਹੋਵੇ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਦਲ ਕੇ ਉਹਦੀ ਮਰਜ਼ੀ ਦਾ ਬਣ ਜਾਂਦਾ, ਜੇ ਨਵਾਜ਼ ਸ਼ਰੀਫ ਆ ਜਾਵੇ ਤਾਂ ਉਹਦੀ ਮਰਜ਼ੀ ਦਾ ਬਣ ਜਾਂਦਾ। ਜਦੋਂ ਜਨਰਲ ਮੁਸ਼ਰਫ ਨੇ ਬਣਾਈ ਸੀ ਤਾਂ ਉਦੋਂ ਉਸ ਕਮੇਟੀ ਦੀ ਜਿਹੜੀ ਪਹਿਲੀ ਫੋਟੋ ਖਿਚਾਈ ਗਈ ਉਹਦੇ 'ਚ ਜਨਰਲ ਮੁਸ਼ਰਫ, ਔਕਾਫ ਬੋਰਡ ਦੇ ਸਾਰੇ ਅਹੁਦੇਦਾਰ ਉਹ ਖਲੋਤੇ ਸਨ, ਅਤੇ ਕਮੇਟੀ ਦਾ ਪ੍ਰਧਾਨ ਮੁਸ਼ਰਫ ਸਾਹਿਬ ਦੇ ਪੈਰਾਂ 'ਚ ਚੌਕੜਾ ਮਾਰ ਕੇ ਬੈਠਾ ਸੀ, ਕਿਉਂਕਿ ਉਹਨੂੰ ਪਤਾ ਸੀ ਕਿ ਪ੍ਰਧਾਨਗੀ ਮੇਰੀ ਕਾਹਦੀ, ਅਸਲ 'ਚ ਮਾਈ ਬਾਪ ਤਾਂ ਇਹੋ ਹੀ ਨੇ ਜੀ। ਸਾਨੂੰ ਇਹ ਪਤਾ ਉੱਥੇ ਗੁਰਦੁਆਰਿਆਂ ਦਾ ਪ੍ਰਬੰਧ ਕਿੱਦਾਂ ਚੱਲਦਾ। ਵਿਖਾਵੇ ਦੇ ਤੌਰ 'ਤੇ ਇਹ ਕਿਹਾ ਜਾਂਦਾ ਕਿ ਅਸੀਂ ਸਿੱਖਾਂ ਵਾਸਤੇ ਇੱਥੇ ਇੱਕ ਯੂਨੀਵਰਸਿਟੀ ਖੋਲ੍ਹ ਦੇਣੀ, ਅਸੀਂ ਤਿਆਗ ਕਰ ਦੇਣਾ, ਅਸੀਂ ਉਹ ਕਰ ਦੇਣਾ ਜੀ। ਅਮਲ ਵਿੱਚ ਇਹੋ ਜਿਹਾ ਕੁਛ ਨਹੀਂ ਗਾ। ਉਹ ਯੂਨੀਵਰਸਿਟੀ ਵੀ ਖੋਲ੍ਹਣਗੇ ਬਾਬਾ ਨਾਨਕ ਦੇ ਨਾਂ ਦੇ ਉੱਤੇ ਖੋਲ੍ਹ ਲੈਣ, ਅਸਲ ਵਿੱਚ ਭਾਰਤ ਦੇ ਵਿਰੋਧ ਦੇ ਪ੍ਰਚਾਰ ਦਾ ਅੱਡਾ ਬਣਾਉਣਗੇ। ਜੇ ਵਿਰੋਧ ਦੇ ਪ੍ਰਚਾਰ ਦਾ ਅੱਡਾ ਨਾ ਹੋਵੇ ਤਾਂ ਜੋ ਕੁਛ ਉੱਥੇ ਹੁੰਦਾ ਪਿਆ ਉਹਨੂੰ ਰੋਕਣ ਨਾ ਜੀ। ਉੱਥੇ ਤਿੰਨ ਤਾਂ ਸਿਆਸੀ ਪਾਰਟੀਆਂ ਨੇ ਵੱਡੀਆਂ, ਇੱਕ ਨਵਾਜ਼ ਸ਼ਰੀਫ ਦੀ ਜਿਹੜੀ ਪਾਕਿਸਤਾਨ ਮੁਸਲਿਮ ਲੀਗ ਹੈ ਜੀ, ਇੱਕ ਆਸਫ ਅਲੀ ਜ਼ਰਦਾਰੀ ਦੀ ਜਿਹੜੀ ਬੇਨਜ਼ੀਰ ਭੁੱਟੋ ਵਾਲੀ ਪੀਪਲਸ ਪਾਰਟੀ ਹੈ, ਇੱਕ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ ਇਨਸਾਫ ਪਾਰਟੀ, ਇੱਕ ਨਵੀਂ ਹੁਣ ਹਾਫਿਜ਼ ਸੈਦ ਨੇ ਅੱਤਵਾਦੀਆਂ ਦਾ ਟੋਲਾ ਜਿਹੜਾ ਅੱਗੇ ਲਾ ਕੇ ਬਣਾਈ ਪਾਰਟੀ ਮਿਲੀ ਮੁਸਲਿਮ ਲੀਗ, ਉਹਦਾ ਮੁਖੀ ਅਬਦੁਲ ਰਹਿਮਾਨ ਮੱਕੀ ਬਣਾਇਆ, ਉਹ ਸਿੱਧੇ ਤੌਰ 'ਤੇ ਉੱਥੋਂ ਦੀ ਫੌਜ ਦਾ ਅਤੇ ਉੱਥੋਂ ਦੀਆਂ ਖੁਫੀਆ ਏਜੰਸੀਆਂ ਦਾ ਬੰਦਾ। ਉਹਨੇ ਪਰਸੋਂ ਜਾ ਕੇ ਖੈਬਰ ਪਖਤੂਨਖਵਾ ਸਟੇਟ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਖਿਲਾਫ਼ ਜਿੰਨਾ ਪੁੱਠਾ ਸਿੱਧਾ ਬੋਲਿਆ, ਜੇ ਬੇਹੂਦਗੀ ਕੀਤੀ ਆ ਜੀ, ਇਹ ਵੀ ਆਖਿਆ ਕਿ ਗੁਰੂ ਨਾਨਕ ਤਾਂ ਮੁਸਲਮਾਨਾਂ ਦੇ ਖਿਲਾਫ਼ ਸਾਜਿਸ਼ ਦਾ ਮੁੱਖ ਸਾਜਿਸ਼ ਕਰਤਾ ਸੀ, ਇੱਥੋਂ ਤੱਕ ਕਹਿਤਾ। ਅੱਛਾ ਜੀ, ਜਦੋਂ ਆਹ ਗੱਲਾਂ ਉੱਥੇ ਕਹੀਆਂ ਜਾ ਰਹੀਆਂ ਨੇ ਕਿ ਪਾਕਿਸਤਾਨ ਦਾ ਔਕਾਫ ਬੋਰਡ ਦੇ ਉੱਤੇ ਇੱਕ ਵਾਰ ਵੀ ਬੋਲਦਾ। ਹੁਣ ਇੱਥੋਂ ਇੱਕ ਕੁੜੀ ਗਈ, ਤਿੰਨ ਬੱਚਿਆਂ ਦੀ ਮਾਂ ਵੀ ਆ ਪਰ ਹੈ ਤਾਂ ਕੁੜੀ ਹੈ ਜੀ, ਉਮਰ ਤਾਂ 31-32 ਸਾਲ ਹੈ, ਉੱਥੇ ਗਈ ਵਾਘੇ ਬਾਰਡਰ ਤੋਂ ਬਾਅਦ ਕਿਸੇ ਨੂੰ ਦਿੱਸੀ ਨਹੀਂ, ਵਾਘੇ ਤੋਂ ਜਥਾ ਲੰਘ ਗਿਆ ਵਾਘੇ ਰੇਲਵੇ ਸਟੇਸ਼ਨ 'ਤੇ ਉੱਤਰ ਕੇ ਫਿਰ ਉਹ ਕੁੜੀ ਬਾਹਰ ਲੈ ਗਏ ਅਗਲੇ, ਉਹ ਨਾ ਨਨਕਾਣਾ ਸਾਹਿਬ ਗਈ ਨਾ ਪੰਜਾਬ ਸਾਹਿਬ, ਸਿੱਧੀ ਲੈਣ ਵਾਲੇ ਆਏ ਸੀ ਅਤੇ ਉਹ ਲਾਹੌਰ ਲੈ ਗਏ, ਅਤੇ ਫਿਰ ਆਖਿਆ ਜੀ ਕੁੜੀ ਨੇ ਧਰਮ ਬਦਲ ਲਿਆ ਅਤੇ ਨਿਕਾਹ ਕਰਾ ਲਿਆ। ਮੈਨੂੰ ਅਜੇ ਵੀ ਇਹ ਲੱਗਦਾ ਕਿ ਜਾਂ ਤਾਂ ਉਹ ਵਰਗਲਾਈ ਗਈ ਆ ਜੀ, ਜਾਂ ਧੱਕੇ ਨਾਲ ਉੱਥੋਂ ਲੈ ਗਏ ਆ ਕਿ ਆ ਜਾ ਤੈਨੂੰ ਸ਼ਾਪਿੰਗ ਕਰਾ ਦਿੰਦੇ ਹਾਂ, ਅਤੇ ਮੁੜ ਕੇ ਧੱਕੇ ਨਾਲ ਉਹਦਾ ਧਰਮ ਬਦਲਾਇਆ ਗਿਆ ਹੋ ਸਕਦਾ। ਹੁਣ ਤਾਂ ਉਹਨਾਂ ਦੇ ਕਬਜ਼ੇ 'ਚ ਜੋ ਮਰਜ਼ੀ ਬਿਆਨ ਦੁਆਰਨ ਜੀ, ਇਹਦੇ ਬਾਰੇ ਔਕਾਫ ਬੋਰਡ ਨਹੀਂ ਬੋਲਿਆ। ਔਕਾਫ ਬੋਰਡ ਬੋਲਿਆ ਹੀ ਬੋਲਿਆ ਅਤੇ ਕੀ ਕਹਿਤਾ, ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਰੋਕਣ ਵਾਸਤੇ ਅਸੀਂ ਕਿਸੇ ਗੈਰ ਹਿੰਦੂ ਦਾ ਪਾਕਿਸਤਾਨ ਦੇ ਗੁਰਦੁਆਰਿਆਂ 'ਚ ਗੁਰਧਾਮਾਂ 'ਚ ਦਾਖਲਾ ਬੰਦ ਕਰਦੇ ਹਾਂ ਜੀ। ਇਹ ਕਿੱਦਾਂ ਬੰਦ ਕਰ ਸਕਦੇ? ਸਿੱਖ ਧਰਮ ਦੀ ਜਦੋਂ ਤੋਂ ਜੜ ਲੱਗੀ, ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਕਿ ਸਾਰੇ ਧਰਮਾਂ ਦੇ ਲੋਕ ਇਹ 'ਚ ਆ ਸਕਦੇ। ਹਰਿਮੰਦਰ ਸਾਹਿਬ ਬਣਾਇਆ ਗਿਆ ਅਤੇ ਚਾਰ ਦਰਵਾਜ਼ੇ ਇਸ ਕਰਕੇ ਰੱਖੇ ਗਏ ਸੀ ਕਿ ਹਰ ਕਿਸਮ ਦੇ ਲੋਕ ਇੱਥੇ ਆ ਸਕਦੇ। ਅੱਜ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਜਾਣ ਵਾਸਤੇ ਕਿਸੇ ਦੁਨੀਆ ਦੇ ਇੱਕ ਵੀ ਗੁਰਦੁਆਰੇ 'ਚ ਜਾਣ ਵਾਸਤੇ ਗੈਰ ਸਿੱਖਾਂ ਨੂੰ ਨਹੀਂ ਰੋਕਿਆ ਗਿਆ। ਪਾਕਿਸਤਾਨ ਦੇ ਸਿੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੋਈ ਨਵਾਂ ਡਿਸਿਪਲਿਨ ਲਾਗੂ ਕਰਨਾ ਕਿ ਉੱਥੇ ਗੈਰ ਸਿੱਖਾਂ ਨੂੰ ਰੋਕਣਾ, ਉੱਥੇ ਹਿੰਦੂ ਨਹੀਂ ਜੀ ਵੜਨਦੇ ਨੇ? ਇਹਦਾ ਮਤਲਬ ਕਿ ਮੱਕੀ ਜਾ ਕੇ ਉੱਥੇ ਖੈਬਰ ਪਖਤੂਨਖਵਾ ਦੇ ਵਿੱਚ ਗੁਰੂ ਨਾਨਕ ਨੂੰ ਸਾਜਿਸ਼ ਘਾੜਾ ਕਹਿੰਦਾ ਜੀ, ਇਹ ਹਿੰਦੂਆਂ ਦੇ ਖਿਲਾਫ਼ ਸਾਜਿਸ਼ ਕਰੀ ਜਾਂਦੇ ਆ, ਇਹ ਕੀ ਸਾਜਿਸ਼ਾਂ ਦਾ ਅੱਡਾ ਬਣਿਆ ਪਿਆ? ਉਹ ਕਿੱਦਾਂ ਰੋਕ ਸਕਦੇ? ਕੀ ਉਹਨਾਂ ਦੀ ਇਸ ਗੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਤਾ ਦੇਵੇਗੀ? ਇਹ ਤਾਂ ਕਹਿ ਸਕਦੇ ਆ ਕਿ ਅੱਗੇ ਤੋਂ ਜਥਿਆਂ ਦੀ ਪੁਣ ਛਾਣ ਕਰਾਂਗੇ, ਇਹ ਕਹਿ ਸਕਦੇ ਕਿ ਅਸੀਂ ਖੁਫੀਆ ਏਜੰਸੀਆਂ ਨੂੰ ਆਖਾਂਗੇ ਕਿ ਜਿਹੜਾ ਕੋਈ ਜਾਂਦਾ ਉਹਦੀ ਈਮੇਲ, ਉਹਦਾ ਫੇਸਬੁੱਕ ਅਕਾਊਂਟ, ਉਹਦੇ ਸਾਰੇ ਅਕਾਊਂਟ ਜਿਹੜੇ ਟਵਿੱਟਰ ਵਗੈਰਾ ਚੈੱਕ ਕਰੋ ਜੀ, ਕੋਈ ਗਲਤ ਹਰਕਤ ਤਾਂ ਨਹੀਂ ਕਰਦਾ ਪਿਆ,
ਪਿਛਲੇ ਸਮੇਂ 'ਚ ਕੋਈ ਖਰਾਬੀ ਤਾਂ ਨਹੀਂ ਕੀਤੀ, ਕੋਈ ਬੰਦਾ ਸ਼ੱਕੀ ਤਾਂ ਨਹੀਂ, ਪਰ ਇਹ ਗੈਰ ਸਿੱਖਾਂ ਦੇ ਜਾਣ ਦੇ ਉੱਤੇ ਇਹ ਵੀ ਰੋਕ ਨਹੀਂ ਲਾ ਸਕਦੇ। ਇਹ ਸਿੱਖ ਜਥਾ ਭੇਜਦੇ ਆ, ਪਰ ਇੱਥੇ ਦੋ ਤਿੰਨ ਪ੍ਰਾਈਵੇਟ ਜਥੇਬੰਦੀਆਂ ਵੀ ਆ, ਉਹ ਜਥੇ ਭੇਜਦੀਆਂ ਨੇ, ਔਰ ਬਹੁਤਾ ਕਰਕੇ ਪਾਕਿਸਤਾਨ ਦੇ ਹਾਈ ਕਮਿਸ਼ਨ ਨਾਲ ਅੱਖ ਮਿਲਾ ਕੇ ਭੇਜਦੀਆਂ ਨੇ। ਉਹਨਾਂ ਦੇ ਵਿੱਚ ਕਿੱਦਾਂ ਦੇ ਲੋਕ ਜਾਣੇ ਆ, ਉਹ ਫੈਸਲਾ ਇਹਦਾ ਕਰਨਾ ਜੀ। ਕੱਲ੍ਹ ਨੂੰ ਉੱਥੇ ਹਿੰਦੂ ਜਥਾ ਜਾਂਦਾ ਕਟਾਸ ਰਾਜ, ਉਹ ਕਹਿੰਦੇ ਜੀ ਫਲਾਣਾ ਗੁਰਦੁਆਰਾ ਵੀ ਰਾਹ ਚਾਹੁੰਦਾ, ਅਸੀਂ ਉੱਥੇ ਦਰਸ਼ਨ ਕਰਨਾ ਚਾਹੁੰਦੇ ਹਾਂ। ਪਾਕਿਸਤਾਨ ਦੀ ਸਰਕਾਰ ਉਹ ਇਹ ਕਿੱਦਾਂ ਦੇ ਮਤਲਬ ਫੈਸਲੇ ਉਹ ਕਰਦੇ ਪਏ ਨੇ। ਫੈਸਲਿਆਂ ਨੂੰ ਕਿਸੇ ਠੀਕ ਸੋਚ ਨਾਲ ਕਰਨਾ ਚਾਹੀਦਾ ਜੀ। ਅੱਗੇ ਤਾਂ ਉਹਨਾਂ ਦੀ ਪਾਕਿਸਤਾਨੀ ਪੰਜਾਬ ਦੀ ਅਸੈਂਬਲੀ ਨੇ ਇੱਕ ਮਤਾ ਪਾਸ ਕੀਤਾ ਕਿ ਆਨੰਦ ਮੈਰਿਜ ਐਕਟ ਲਾਗੂ ਕਰਾਂਗੇ, ਅਜੇ ਮਤਾ ਪਾਸ ਕੀਤਾ, ਲਾਗੂ ਨਹੀਂ ਕੀਤਾ। ਅਤੇ ਉੱਥੇ ਬੈਠੇ ਇੱਕ ਸਿੱਖ MLA ਨੇ ਕਹਿਤਾ ਹਿੰਦੁਸਤਾਨ 'ਚ ਸਿੱਖਾਂ ਨੂੰ ਹੱਕ ਨਹੀਂ ਮਿਲਿਆ ਅਤੇ ਅਸੀਂ ਪਾਕਿਸਤਾਨ 'ਚ ਦੇ ਦਿੱਤਾ ਜੀ। ਪਾਕਿਸਤਾਨ ਸਰਕਾਰ ਦੀ ਚਮਚਾਗਰੀ ਵੀ ਕਰਨੀ ਅਤੇ ਇਸ ਹੱਦ ਤੱਕ ਜਾਣ ਦੀ ਲੋੜ ਨਹੀਂ। ਉੱਥੇ ਦਾ ਮਤਾ ਅਜੇ ਪਿਛਲੇ ਮਹੀਨੇ ਪਾਸ ਹੋਇਆ ਜਨਵਰੀ 'ਚ ਜੀ, ਜਾਂ ਫਰਵਰੀ 'ਚ ਹੋਇਆ। ਹਿੰਦੁਸਤਾਨ ਦੀ ਪਾਰਲੀਮੈਂਟ ਨੇ 2012 ਦੇ ਵਿੱਚ ਆਨੰਦ ਮੈਰਿਜ ਐਕਟ ਪਾਸ ਕਰ ਦਿੱਤਾ ਅਤੇ ਆਖਿਆ ਸਟੇਟਾਂ ਆਪੋ ਆਪਣੇ ਰੂਲਸ ਐਂਡ ਰੈਗੂਲੇਸ਼ਨ ਬਣਾਓ ਜੀ। 2014 'ਚ ਸਾਡੀ ਹਰਿਆਣੇ ਦੀ ਸਰਕਾਰ ਨੇ ਬਣਾ ਦਿੱਤਾ, 2016 'ਚ ਲੇਟ ਹੀ ਸਹੀ ਪਰ ਬਾਦਲ ਸਰਕਾਰ ਵੀ ਜਾਂਦੇ ਜਾਂਦੇ ਲਾਗੂ ਕਰ ਗਈ। ਉਦੋਂ 2 ਸਾਲ ਬਾਅਦ ਪਾਕਿਸਤਾਨ ਦੀ ਇੱਕ ਅਸੈਂਬਲੀ ਦੇ ਵਿੱਚ ਮਤਾ ਪਾਸ ਹੁੰਦਾ, ਉਸ ਮਤੇ ਨੂੰ ਲਾਗੂ ਕਰ ਦਿੱਤਾ ਕਹਿੰਦੇ ਆ, ਅਤੇ ਫਿਰ ਇਹ ਕਹਿਣਾ ਕਿ ਭਾਰਤ ਵਿੱਚ ਸਿੱਖਾਂ ਨੂੰ ਹੱਕ ਨਹੀਂ ਮਿਲਿਆ ਅਤੇ ਅਸੀਂ ਦੇ ਦਿੱਤਾ। ਇੱਕ ਸਾਡੇ ਪੰਜਾਬੀ 'ਚ ਮੁਹਾਵਰਾ, ਮਾਂ ਨਾਲੋਂ ਹਿਜਲੀ ਸੋ ਫੱਫੇ ਕੁੱਟਣੀ, ਜਿਹੜੀ ਮਾਂ ਨਾਲੋਂ ਸਖੀ ਮਾਂ ਨਾਲੋਂ ਵੀ ਜ਼ਿਆਦਾ ਪੁੱਤ ਦਾ ਮੂੰਹ ਜਾਂ ਚੁੰਮੇ ਉਹਦਾ ਸਿਰ ਭਲੋਸੀ ਜਾਵੇ, ਹੇ ਫੱਫੇ ਕੁੱਟਣੀ ਜੀ ਹੁੰਦੀ ਆ ਉਹ ਅਸਲ 'ਚ। ਇਸੇ ਤਰ੍ਹਾਂ ਹੀ ਜਿਹੜੇ ਸਿੱਖਾਂ ਨਾਲੋਂ ਵੀ ਸਿੱਖੀ ਬਾਰੇ ਬਹੁਤਾ ਜ਼ਿਆਦਾ ਉੱਥੇ ਵਿਖਾਵਾ ਜਿਹਾ ਕਰਦੇ ਹਨ ਜੀ, ਉਹਨਾਂ ਬਾਰੇ ਸਿੱਖ ਭਾਈਚਾਰੇ ਨੂੰ ਵੀ ਸਮਝਣਾ ਚਾਹੀਦਾ ਕਿ ਅਸਲ ਵਿੱਚ ਸਾਡੇ ਨਹੀਂ, ਇਹ ਕਿਸੇ ਹੋਰ ਦੇ ਬੁਲਾਇਆ ਬੋਲਦੇ ਆ, ਆਪ ਨਹੀਂ ਬੋਲ ਰਹੇ। ਸੋ ਇਹ ਮੇਰਾ ਖਿਆਲ ਬੜੀ ਵਧੀਆ ਗੱਲ ਪੰਨੂ ਸਾਹਿਬ ਨੇ ਕੀਤੀ ਹੈ ਵੀ ਹਾਥੀ ਦੇ ਦੰਦਾਂ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਦੇਖਣ ਦੀ ਲੋੜ ਹੈ, ਦੇਖਣ ਵਾਲੇ ਹੋਰ ਨੇ ਅਤੇ ਖਾਣ ਵਾਲੇ ਕੁਝ ਹੋਰ ਨੇ। ਵੇਲਾ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ, ਬਣਿਆ ਰਹਿਣਾ ਸਾਡੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪੰਨੂ ਸਾਹਿਬ, ਅਗਲੀ ਗੱਲ ਮੈਂ ਪੁੱਛਣੀ ਚਾਹੁੰਦਾ ਤੁਹਾਨੂੰ ਫਗਵਾੜੇ ਨਾਲ ਰਿਲੇਟਡ। ਹੁਣ ਫਗਵਾੜੇ ਦੇ ਵਿੱਚ ਇੱਕ ਚੌਂਕ ਨੂੰ ਲੈ ਕੇ ਉਹ ਕਾਫੀ ਦੇਰ ਦਾ ਮਸਲਾ ਪੱਕਿਆ ਹੋਇਆ ਸੀ, ਪਿਛਲੇ ਦਿਨ ਗੋਲੀ ਵੀ ਚੱਲੀ, ਉਸ ਤੋਂ ਬਾਅਦ ਮਾਮਲਾ ਠੰਡਾ ਪਿਆ, ਫਿਰ ਜਦੋਂ ਕਹਿ ਲਓ ਕਿ ਪੰਜਾਬ ਸਰਕਾਰ ਨੇ ਉਹਦੇ 'ਚ ਇੰਟਰਵੀਨ ਕੀਤਾ ਤਾਂ ਫਿਰ ਦੁਬਾਰਾ ਜਥੇਬੰਦੀਆਂ ਜਿਹੜੀਆਂ ਉਹ ਭੜਕ ਗਈਆਂ ਨੇ, ਇਹ ਮੁੱਦਾ ਸ਼ਾਂਤ ਨਹੀਂ ਹੋ ਰਿਹਾ, ਕੀ ਕਹੋਗੇ ਇਹਦੇ ਬਾਰੇ? ਦੇਖੋ, ਜਿਨ੍ਹਾਂ ਨੇ ਪਹਿਲਾਂ ਸ਼ੁਰੂਆਤ ਕੀਤੀ ਉਹਨਾਂ ਨੇ ਵੀ ਕਿਸੇ ਨੇਕ ਭਾਵਨਾ ਨਾਲ ਸ਼ੁਰੂਆਤ ਨਹੀਂ ਕੀਤੀ ਜੀ। ਡਾਕਟਰ BR ਅੰਬੇਡਕਰ ਦਾ ਬੁੱਤ ਲਾਉਣਾ ਅਤੇ ਮਿਊਂਸਪਲ ਕਾਰਪੋਰੇਸ਼ਨ ਨਾਲ ਗੱਲ ਕਰਕੇ ਲਾਇਆ ਜਾ ਸਕਦਾ ਸੀ, ਐਨ ਉਸ ਵਕਤ ਜਦੋਂ ਡਾਕਟਰ BR ਅੰਬੇਡਕਰ ਦੇ ਬੁੱਤ UP 'ਚ ਅਤੇ ਹੋਰ ਥਾਵਾਂ 'ਤੇ ਤੋੜੇ ਜਾ ਰਹੇ, ਉਦੋਂ ਲਿਆ ਕੇ ਬੁੱਤ ਲਾਉਣ ਦੀ ਅਤੇ ਆਪਣੇ ਤੌਰ 'ਤੇ ਲਾਉਣ ਦੀ ਕੋਸ਼ਿਸ਼ ਨਾ ਕੀਤੀ ਜਾਂਦੀ ਅਤੇ ਚੰਗਾ ਸੀ ਜੀ। ਪਰ ਬੁੱਤ ਲਾ ਕੇ ਵੀ ਉਹਨਾਂ ਨੇ ਉਹ ਚੌਕ ਦਾ ਨਾਂ ਕਿਸੇ ਜਾਤੀ ਕਿਸੇ ਧਰਮ ਦੇ ਨਾਂ 'ਤੇ ਨਹੀਂ ਰੱਖਿਆ, ਇੱਥੋਂ ਤੱਕ ਡਾਕਟਰ ਅੰਬੇਡਕਰ ਦੇ ਨਾਂ 'ਤੇ ਵੀ ਨਹੀਂ ਰੱਖਿਆ ਜੀ। ਉਹਨੇ ਆਖਿਆ ਜੀ ਅਸੀਂ ਇਹਦਾ ਨਾਂ ਸੰਵਿਧਾਨ ਚੌਂਕ ਰੱਖਾਂਗੇ, ਕਾਂਸਟੀਟਿਊਸ਼ਨ ਚੌਂਕ ਜੀ। ਹਰ ਦੇਸ਼ ਦਾ ਆਪਣਾ ਕਾਂਸਟੀਟਿਊਸ਼ਨ ਹੁੰਦਾ, ਸੰਵਿਧਾਨ ਹੁੰਦਾ, ਜਿਹਦੇ ਮੁਤਾਬਕ ਦੇਸ਼ ਚੱਲਦਾ ਜੀ। ਅਤੇ ਜੇ ਸੰਵਿਧਾਨ ਚੌਂਕ ਰੱਖਦੇ ਤਾਂ ਇਹਦੇ ਉੱਤੇ ਇਤਰਾਜ਼ ਕੀ ਹੋ ਸਕਦਾ? ਇਹਦੇ ਤੋਂ 2 ਤਰ੍ਹਾਂ ਦਾ ਟਕਰਾਅ ਸ਼ੁਰੂ ਹੋਇਆ, ਗੋਲੀ ਚੱਲੀ, ਨੁਕਸਾਨ ਹੋਇਆ, ਕਈ ਦਿਨ ਬੰਦ ਰਿਹਾ, ਖੁੱਲ੍ਹਣ ਲੱਗਾ ਫਿਰ ਬੰਦ ਹੋ ਗਿਆ, ਮਸਲਾ ਜਾਤੀ ਬਣ ਗਿਆ। ਹੁਣ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਕਹਿਤਾ ਕਿ ਸੰਵਿਧਾਨ ਚੌਕ ਰੱਖਣ ਦੇ ਵਿੱਚ ਸਾਨੂੰ ਕੋਈ ਇਤਰਾਜ਼ ਹੀ ਨਹੀਂ, ਅਸੀਂ ਇਹਨੂੰ ਪਾਸ ਕਰ ਸਕਦੇ ਹਾਂ, ਕਿਉਂਕਿ ਸੰਵਿਧਾਨ ਕਿਸੇ ਇੱਕ ਜਾਤੀ ਦਾ ਨਹੀਂ, ਇੱਕ ਧਰਮ ਦਾ ਨਹੀਂ, ਕੀ ਫਰਕ ਪੈਂਦਾ ਜੀ। ਅਤੇ ਉਦੋਂ ਫਗਵਾੜੇ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਕੁਛ ਲੀਡਰਾਂ ਨੇ ਇਹ ਰੱਖਤਾ, ਨਹੀਂ ਜੇ ਸੰਵਿਧਾਨ ਚੌਕ ਨਹੀਂ ਅਸੀਂ ਤਾਂ ਭਗਤ ਸਿੰਘ ਦੇ ਨਾਂ ਦੇ ਉੱਤੇ ਰੱਖਣਾ। ਸ਼ਹੀਦ ਭਗਤ ਸਿੰਘ ਇਹਨਾਂ ਇਕੱਲਿਆਂ ਦਾ? ਜਿੱਦਾਂ ਸੰਵਿਧਾਨ ਸਾਰੇ ਦੇਸ਼ ਦਾ, ਉਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਵੀ ਸਾਰੇ ਦੇਸ਼ ਦਾ ਜੀ। ਪਰ ਜੇ ਸ਼ਹੀਦ ਭਗਤ ਸਿੰਘ ਨਾਲ ਭਾਰਤੀ ਜਨਤਾ ਪਾਰਟੀ ਦਾ ਇੰਨਾ ਹੀ ਪਿਆਰ ਹੈ ਅਤੇ ਇਹ ਦੱਸ ਦੇਣ ਕਿ ਪੰਜਾਬ ਦੀ 2004 ਤੋਂ 2007 ਵਾਲੀ ਸਰਕਾਰ ਅਮਰਿੰਦਰ ਸਿੰਘ ਦੀ ਪਾਸ ਕਰਕੇ ਗਈ ਸੀ ਕਿ ਚੰਡੀਗੜ੍ਹ ਦੇ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਏਅਰਪੋਰਟ ਹੋ, 2007 ਤੋਂ ਲੈ ਕੇ 2017 ਤੱਕ ਜਿਹੜੀ ਬਾਦਲ ਸਾਹਿਬ ਦੀ ਸਰਕਾਰ ਰਹੀ, ਅਕਾਲੀ ਭਾਜਪਾ ਸਰਕਾਰ, ਉਹਨਾਂ ਨੇ ਵੀ ਕਹਿਤਾ ਕਿ ਸ਼ਹੀਦ ਭਗਤ ਸਿੰਘ ਏਅਰਪੋਰਟ ਹੋ। ਹਰਿਆਣੇ ਦੀ ਕਾਂਗਰਸੀ ਸਰਕਾਰ ਭੁਪਿੰਦਰ ਸਿੰਘ ਹੁੱਡਾ ਦੀ ਪਾਸ ਕਰ ਗਈ ਕਿ ਸ਼ਹੀਦ ਭਗਤ ਸਿੰਘ ਏਅਰਪੋਰਟ ਚਾਹੀਦਾ ਜੀ। ਜਦੋਂ ਭਾਜਪਾ ਦੀ ਸਰਕਾਰ ਆ ਗਈ ਮਨੋਹਰ ਲਾਲ ਖੱਟਰ ਦੀ, ਉਹਨਾਂ ਨੇ ਇਹ ਫੈਸਲਾ ਕਿਉਂ ਕਰਤਾ ਕਿ ਨਹੀਂ ਭਗਤ ਸਿੰਘ ਨਹੀਂ ਜੀ, ਮੰਗਲ ਸੈਨ ਏਅਰਪੋਰਟ ਚਾਹੀਦਾ? ਮੰਗਲ ਸੈਨ ਕੌਣ ਸੀ? ਉਹਦੀ ਕਿੰਨੀ ਕੁਰਬਾਨੀ ਸੀ ਜੀ। ਇੰਨੀ ਕੁਰਬਾਨੀ ਸੀ ਕਿ ਇੱਕ ਵਾਰੀ ਸੌਦੇਬਾਜ਼ੀ 'ਚ
ਹਰਿਆਣੇ ਦੀ ਸਰਕਾਰ ਵਿੱਚ ਉਹ ਡਿਪਟੀ ਮੁੱਖ ਮੰਤਰੀ ਬਣ ਗਿਆ ਸੀ, ਮੁੱਖ ਮੰਤਰੀ ਵੀ ਨਹੀਂ, ਡਿਪਟੀ ਮੁੱਖ ਮੰਤਰੀ ਬਣ ਗਿਆ ਸੀ ਉਹਦੇ ਨਾਂ 'ਤੇ ਬਣਾ ਦਿਓ, ਉਹ ਡਿਪਟੀ ਮੁੱਖ ਮੰਤਰੀ ਸ਼ਹੀਦ ਭਗਤ ਸਿੰਘ ਤੋਂ ਵੱਡਾ ਹੋ ਗਿਆ। ਹੁਣ ਇੱਥੇ ਵੀ ਇਹ ਨਹੀਂ ਕਿ ਭਾਰਤੀ ਜਨਤਾ ਪਾਰਟੀ ਨੂੰ ਭਗਤ ਸਿੰਘ ਨਾਲ ਕੋਈ ਜ਼ਿਆਦਾ ਮੋਹ ਆ ਜੇ ਸੰਵਿਧਾਨ ਨਾਲ ਘੱਟ ਆ, ਗੱਲ ਇੱਕ ਰੇਟ ਕਾ ਹੀ ਪਾਉਣਾ। ਅਤੇ ਫਗਵਾੜੇ ਦੇ ਵਿੱਚ ਇੱਕੋ ਚੌਕ ਤਾਂ ਨਹੀਂ, ਕਿੰਨੇ ਸਾਰੇ ਚੌਕ ਆ, ਇੱਕ ਤੁਸੀਂ ਸੰਵਿਧਾਨ ਚੌਕ ਬਣਾ ਦਿਓ, ਦੂਜਾ ਸ਼ਹੀਦ ਭਗਤ ਸਿੰਘ ਚੌਕ ਬਣਾ ਦਿਓ, ਤੁਹਾਨੂੰ ਕੋਈ ਰੋਕਦਾ? ਅਤੇ ਉੱਦਾਂ ਵੀ ਇਹ ਚੌਕ ਰਹਿਣੇ ਥੋੜ੍ਹੇ ਆ ਜੀ, ਹੌਲੀ ਹੌਲੀ ਉਹਨਾਂ ਉੱਤੇ ਫਲਾਈਓਵਰ ਜਾਣ ਬਣ ਜਾਣੇ ਆ ਜਾਂ ਦੂਸਰੇ ਕੁਛ ਨਾ ਕੁਛ ਹੋ ਜਾਣਾ, ਇਹ ਚੌਕ ਤਾਂ ਹੌਲੀ ਹੌਲੀ ਟੁੱਟਦੇ ਜਾ ਰਹੇ। ਬਿਲਕੁਲ ਸਹੀ, ਇਹ ਰੇੜਕੇ ਦੀ ਖਾਤਰ ਰੇੜਕਾ ਨਹੀਂ ਪਾਉਣਾ ਚਾਹੀਦਾ, ਗੱਲ ਮੁੱਕਦੀ ਆ ਅਤੇ ਮੁਕਾਉਣ ਦਾ ਯਤਨ ਕਰਨਾ ਚਾਹੀਦਾ। ਸੋ ਕੁੱਲ ਮਿਲਾ ਕੇ ਹੈ ਤਾਂ ਰੌਲਾ ਸਿਆਸਤ ਦਾ ਹੀ। ਮੈਨੂੰ ਸਭ ਜਾਂਦੇ ਜਾਂਦੇ ਇੱਕ ਗੱਲ ਹੋਰ ਦੱਸ ਦਿਓ ਜੀ ਕਿ ਇਹ ਜਨਤਾ ਦਲ ਦਾ ਜਿਹੜੇ ਸਾਬਕਾ ਪ੍ਰਧਾਨ ਸੀ ਸ਼ਰਦ ਯਾਦਵ ਹੋਰੀ, ਉਹਨੇ ਇੱਕ ਨਵੀਂ ਪੋਲੀਟੀਕਲ ਪਾਰਟੀ ਬਣਾ ਲਈ ਜੀ, ਇੱਦਾਂ ਕਿਉਂ? ਇਹ ਸਾਰੇ ਲੋਕ ਜੈ ਪ੍ਰਕਾਸ਼ ਨਾਰਾਇਣ ਦੀ ਲਹਿਰ 'ਚੋਂ ਉੱਠੇ ਜੀ। ਸ਼ਰਦ ਯਾਦਵ ਨੂੰ ਯੂਥ ਲੀਡਰ ਦੇ ਤੌਰ 'ਤੇ ਜੈ ਪ੍ਰਕਾਸ਼ ਨਾਰਾਇਣ ਨੇ ਉਭਾਰਿਆ ਸੀ, ਐਮਰਜੈਂਸੀ ਦਿਨਾਂ 'ਚ ਉਭਾਰਿਆ ਸੀ ਜੀ, ਪਹਿਲੀ ਵਾਰੀ 1977 'ਚ MP ਬਣਿਆ ਸੀ। ਲਾਲੂ ਪ੍ਰਸਾਦ ਯਾਦਵ ਨੂੰ ਜੈ ਪ੍ਰਕਾਸ਼ ਨਾਰਾਇਣ ਦੀ ਲਹਿਰ ਨੇ ਉਭਾਰਿਆ ਸੀ। ਨਿਤੀਸ਼ ਕੁਮਾਰ ਜਿਹੜਾ ਮੁੱਖ ਮੰਤਰੀ ਹੈ ਬਿਹਾਰ ਦਾ, ਜੈ ਪ੍ਰਕਾਸ਼ ਨਾਰਾਇਣ ਦੀ ਲਹਿਰ ਨੇ ਉਭਾਰਿਆ ਸੀ। ਉਹਦੇ ਨਾਲ ਜਿਹੜਾ BJP ਦਾ ਇਸ ਵੇਲੇ ਡਿਪਟੀ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਹੈ, ਇਹ ਜੈ ਪ੍ਰਕਾਸ਼ ਨਾਰਾਇਣ ਦੀ ਲਹਿਰ ਨੇ ਉਭਾਰਿਆ ਸੀ। BJP ਦਾ ਸੁਸ਼ੀਲ ਕੁਮਾਰ ਮੋਦੀ ਅਤੇ ਲਾਲੂ ਪ੍ਰਸਾਦ ਯਾਦਵ, ਇਹ ਦੋਵੇਂ ਤਾਂ ਇੱਕੋ ਜੇਲ੍ਹ 'ਚ ਹੁੰਦੇ ਸੀ ਐਮਰਜੈਂਸੀ, ਉੱਥੋਂ ਉੱਠੇ ਨੇ ਸਾਰੇ। ਅੱਛਾ, ਹੁਣ ਉਦੋਂ ਬਾਅਦ ਇਸ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਯਹਾਂ ਗਿਰਾ ਕੋਈ ਵਾਂ ਗਿਰਾ। ਲਾਲੂ ਪ੍ਰਸਾਦ ਯਾਦਵ ਇਸ ਵੇਲੇ ਜੇਲ੍ਹ 'ਚ, ਉਹਦੀ ਪਾਰਟੀ ਰਾਸ਼ਟਰੀ ਜਨਤਾ ਦਲ। ਸੁਸ਼ੀਲ ਕੁਮਾਰ ਮੋਦੀ ਡਿਪਟੀ ਮੁੱਖ ਮੰਤਰੀ ਹੈ, ਉਹਦੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ। ਨਿਤੀਸ਼ ਕੁਮਾਰ ਮੁੱਖ ਮੰਤਰੀ ਹੈ, ਉਹਦੀ ਪਾਰਟੀ ਜਨਤਾ ਦਲ ਯੂ ਆ, ਯੂਨਾਈਟਡ। ਅਤੇ ਯੂਨਾਈਟਡ ਇੰਨਾ ਕਿ ਉਹ ਬਣਾਉਣ ਲੱਗਿਆ ਜਿਹੜਾ ਪ੍ਰਧਾਨ ਸੀਗਾ ਉਹ ਬਾਹਰ ਕੱਢਤਾ, ਉਹਨੇ ਹੁਣ ਇੱਕ ਨਵੀਂ ਪਾਰਟੀ ਬਣਾ ਲਈ ਹੈ ਸ਼ਰਦ ਯਾਦਵ ਨੇ। ਇਹ ਖੱਖੜੀਆਂ ਕਰੇਲੇ ਹੋਈ ਜਿਹੜੀ ਪਾਰਟੀ ਹੈ, ਉਹ 'ਚੋਂ ਇੱਕ ਪਾਰਟੀ ਬਣੇ, ਦੂਜੀ ਬਣੇ, ਪੰਜਵੀਂ ਬਣੇ, ਕੋਈ ਫਰਕ ਨਹੀਂ ਪੈਂਦਾ। ਸਾਰਾ ਕੁਛ ਜਿਹੜਾ ਦ੍ਰਿਸ਼ ਸਾਫ਼ ਹੈ ਉਹ ਅਗਲੇ ਸਾਲ 2019 ਦੀਆਂ ਪਾਰਲੀਮੈਂਟ ਚੋਣਾਂ ਚੁੱਕੇ ਮੌਕੇ ਹੋਣਾ। ਅਜੇ ਤਾਂ ਤੁਸੀਂ ਸਮਝੋ ਕਿ ਠਈਆ ਠੱਪਾ ਕਰਦੇ ਪਏ, ਇੱਕ ਇੱਥੇ ਰੱਖ ਲਈ, ਇੱਕ ਉੱਥੇ ਰੱਖ ਲਈ। ਅਗਲੇ ਸਾਲ ਜਦੋਂ ਗੱਠਜੋੜ ਬਣਨਗੇ ਫਿਰ ਪਤਾ ਲੱਗੇਗਾ ਕੌਣ ਕਿੰਨੇ ਪਾਣੀ 'ਚ ਹੈ ਅਤੇ ਕੌਣ ਕਿਹਦੇ ਨਾਲ। ਮੈਨੂੰ ਸਾਹਿਬ ਤੁਸੀਂ ਆਏ, ਇੰਨੀਆਂ ਵਧੀਆ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣੇ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਆ ਕਰੋ। ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਜੀ, ਇਸ ਲਿੰਕ ਨੂੰ, ਇਹਦੇ 'ਤੇ ਕੋਈ ਇਤਰਾਜ਼ ਨਹੀਂ ਹੈ। ਅਤੇ ਫਿਲਹਾਲ ਦਿਓ ਗੁਰਪ੍ਰੀਤ ਸੰਧਾਵਾਲੀ ਨੂੰ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ TV ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ YouTube 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।